ਨਹੀਂ ਕਰ ਸਕਦੀਆਂ ਨੇ ਔਰਤਾਂ ਆਈ ਗੱਲਾਂ ਨੂੰ ਸਮਝ ਕੇ ਸਾਡੇ ਦੇਸ਼ ਦੇ ਜਿਹੜੇ ਹਾਕਮ ਹਨ ਉਹਨਾਂ ਨੂੰ ਟੱਕਰ ਵੀ ਦੇ ਸਕਦੀਆਂ ਨੇ ਇਹ ਔਰਤਾਂ ਨੂੰ ਘਰਾਂ ਦੇ ਵਿੱਚੋਂ ਕੱਢ ਕੇ ਇੱਥੇ ਉਠਾਉਣ ਦੀ ਲੋੜ ਹੈ ਭਾਵੇਂ ਜੇ ਉਹ ਘਰੇ ਬੈਠੀਆਂ ਰਹਿਣਗੀਆਂ ਤਾਂ ਉਹਨਾਂ ਦੀਆਂ ਗੱਲਾਂ ਪੱਲੇ ਨਹੀਂ ਪੈਣਗੀਆਂ ਉਹਨਾਂ ਨੂੰ ਇੱਥੇ ਲੈ ਕੇ ਉਹ ਟਾਈਮ ਕੱਢੋ ਇਹ ਲੜਾਈ ਕਿਸੇ ਇੱਕ ਬੰਦੇ ਦੀ ਨਹੀਂ ਹੈਗੀ ਸਭ ਦੀ ਸਾਂਝੀ ਲੜਾਈ ਹੈ ਸਾਰਿਆਂ ਨੂੰ ਇਕੱਠੇ ਹੋ ਕੇ ਲੜਨਾ ਪੈਣਾ ਹੈ ਜੇ ਇਕੱਠੇ ਹੋ ਕੇ ਲੜੋਗੇ ਤਾਂ ਇਹ ਜੰਗ ਜਿੱਤੀ ਜਾਊਗੀ ਨਹੀਂ ਜਿੱਤੀ ਨਹੀਂ ਜਾਣੀ ਪੀੜੀ ਲੰਘ ਗਈ ਫਿਰ ਬੱਚਿਆਂ ਦਾ ਕੀ ਲਾਊਗਾ ਐਡੇ ਐਡੇ ਜਵਾਕ ਨੇ ਪੋਤੇ ਪੋਤੀਆਂ ਨੇ ਉਹਨਾਂ ਕੀ ਲਾਊਗਾ ਜਿੰਨਾ ਤੱਕ ਮੋਦੀ ਸਾਨੂੰ ਹੱਕ ਦਿੰਦਾ ਨੀ ਅਸੀਂ ਤਾਂ ਉਹਦੀ ਬੈਠਾ ਉਹ ਜਿਹੜੀ ਕਹਿੰਦੀ ਹੈ 100-100 ਰੁਪਏ ਤੇ ਆਉਂਦੀ ਆ ਆ ਉਹਨੂੰ ਮੈਂ ਨਾ 2000 ਦਾ ਨੋਟ ਦੇਉਂ ਪੂਰੇ ਆ ਕੇ ਬੈਠੇ ਹਾਏ ਰੋਟੀ ਦੇਵਾਂਗੇ ਖਾਣ ਨੂੰ ਆ ਦੇਖ ਲੈ ਆ ਨੋਟ ਦੇਵਾਂਗੇ ਉਹਨੂੰ 100 ਕਹਿੰਦੀ ਹੈ ਅਸੀਂ ਆ ਨੋਟ ਦੇਵਾਂਗੇ ਜਵਾਕ ਸਾਡੇ ਪੂਰੇ ਆ ਬੈਠਣਗੇ ਬੇਬੇ ਆ ਪੂਰੇ ਬੈਠੇ ਜਾਵੇ ਰੋਟੀ ਵੀ ਦੇਵਾਂਗੇ ਖਾਣ ਨੂੰ ਆਈ ਬਹਿ ਜੇ ਆ ਕੇ ਗਾਉਂ ਗਾਉਂ ਜਾ ਕੇ ਦੇਖੋ ਨਾ ਪੂਰਾ 100% ਜਨਤਾ ਕਿਸਾਨੋ ਕੇ ਸਾਥ ਹੈ ਹਰ ਗਾਉਂ ਸੇ ਚੰਦਾ ਇਕੱਠਾ ਗਿਆ ਹੈ ਕਿਸਾਨ ਸੰਮੇਲਨ ਲਗਾਉਣ ਲਈ 36 ਕੌਮ ਨੇ ਦਿਆ ਹੈ ਇਹ 36 ਕੌਮ ਕਾ ਅੰਦੋਲਨ ਹੈ ਇਹ ਜਨਤਾ ਕਾ ਅੰਦੋਲਨ ਕਿਸਾਨ ਕਾ ਅੰਦੋਲਨ ਹੈ ਇੱਕ ਮੋਦੀ ਕਾ ਅੰਦੋਲਨ ਨਹੀਂ ਹੈ ਮੋਦੀ ਦੇ ਖਿਲਾਫ਼ ਮੋਦੀ ਕੋ ਪਤਾ ਜਬ ਲਗੇਗਾ ਚੁਣਾਵ ਆਏਗਾ 1% ਵੋਟ ਵੀ ਨਹੀਂ ਆਏਗੇ ਬੀਜੇਪੀ ਕੇ ਵਹਾਂ ਟਾਈਮ ਜਾਲੀ ਲੋਕ ਭਾਵੁਕ ਹੋ ਗਏ ਥੇ ਵਹਾਂ ਉਗਰਵਾਦੀਓ ਸੇ ਸੈਨਾ ਕੇ ਜਵਾਨ ਮਰਵਾ ਦੀਏ ਥੇ ਚੁਣਾਵ ਸੇ ਪਹਿਲੇ ਉਸੇ ਲੋਗੋ ਨੇ ਵੋਟ ਦੇ ਦਿਆ ਲੋਗੋ ਨੇ ਇਹ ਨਹੀਂ ਪਤਾ ਥਾ ਕਿ ਮੋਦੀ ਐਸੇ ਕਰੇਗਾ ਅਬ ਇਸਕਾ ਪਤਾ ਲੱਗਿਆ ਬੀਜੇਪੀ ਕਾ ਇਹ ਅਰਹਿਸ ਕਾ ਸਿਸਟਮ ਹੈ ਇਹ ਸਿਰਫ ਇੱਕ ਅਰਹਿਸ ਕਾ ਸਿਸਟਮ ਇਹ ਬਣਾਉਣਾ ਚਾਹਤਾ ਕਿ ਹਮ ਦੇਸ਼ ਪਰ ਕਬਜ਼ਾ ਪੂਰਾ ਹਮ ਕਰ ਲੈ ਸਾਡੇ ਪਿੰਡ ਦਾ ਇੱਕ ਬੰਦਾ ਹੈ ਜਦੋਂ 26 ਤਰੀਕ ਦੇ ਮੋਰਚੇ ਤੋਂ ਬਾਅਦ ਉਹ ਪਿੰਡ ਚੱਲ ਗਿਆ ਇੱਥੇ ਨੈੱਟ ਬੰਦ ਹੋ ਗਿਆ ਸੀ ਜਦੋਂ ਪਿੰਡ ਚੱਲ ਗਿਆ ਉਹਨੇ 3 ਦਿਨ ਰੋਟੀ ਨਹੀਂ ਖਾਧੀ ਤੇ 3 ਦਿਨ ਰੋਂਦਾ ਰਿਹਾ ਤੇ ਉਹਨੂੰ ਜਦੋਂ ਪੁੱਛਿਆ ਵੀ ਕੀ ਗੱਲ ਹੋ ਗਈ ਕਹਿੰਦਾ ਮੇਰੇ ਭਰਾ ਉੱਥੇ ਡਾਂਗਾਂ ਖਾਈ ਜਾਂਦੇ ਆ ਤੇ ਆਪਾਂ ਇੱਥੇ ਬੈਠੇ ਆ ਅੱਜ ਉਹ ਬੰਦਾ ਮੋਰਚੇ 'ਚ ਆ ਉਹ ਬੰਦੇ ਦੇ ਨਾਂ ਦੀ ਇੱਕ ਤਾੜੀ ਲਾਓ ਯਾਰ ਉਹਨੂੰ 62 ਦਿਨ ਹੋ ਗਏ ਇੱਥੇ ਤੇ ਸੱਚੇ ਪਾਤਸ਼ਾਹ ਚੜ੍ਹਦੀਆਂ ਕਲਾਂ 'ਚ ਰੱਖੇ ਸਾਡੇ ਬਜ਼ੁਰਗਾਂ ਨੂੰ ਸਲਾਮਤ ਰੱਖੇ ਅਸੀਂ ਕਿਸੇ ਦਾ ਮਾੜਾ ਨਹੀਂ ਚਾਹੁੰਦੇ ਬਸ ਅਸੀਂ ਇਹੀ ਗੱਲ ਚਾਹੁੰਦੇ ਹਾਂ ਵੀ ਜਿਹੜਾ ਸਾਡਾ ਹੱਕ ਹੈ ਉਹ ਸਾਨੂੰ ਦੇ ਦੇ ਅਸੀਂ ਚੁੱਪ ਚਾਪ ਘਰਾਂ ਨੂੰ ਮੁੜ ਜਾਵਾਂਗੇ ਨਾ ਅਸੀਂ ਕਿਸੇ ਦਾ ਕੁਛ ਵਿਗਾੜਨ ਆਏ ਹਾਂ ਤੇ ਨਾ ਅਸੀਂ ਵਿਗਾੜਨਾ ਹੈ ਸਰਬੱਤ ਦਾ ਭਲਾ ਮੰਗਦੇ ਹਾਂ ਤੇ ਹਮੇਸ਼ਾ ਮੰਗਦੇ ਰਹਿਣਾ ਹੈ ਬਸ ਇਹੀ ਗੁਜ਼ਾਰਿਸ਼ ਕਰਦੇ ਹਾਂ ਜਾਂਦੀ ਵਾਰੀ ਕਿ ਜਿਹੜੇ ਸਾਡੇ ਹੱਕ ਨੇ ਉਹ ਸਾਨੂੰ ਦੇ ਦਿੱਤੇ ਜਾਣ ਧੀਰੇ ਧੀਰੇ ਸਮਝ ਮੈਂ ਆਇਆ ਕਿ ਯੂਪੀ ਬਿਹਾਰ ਮੇਂ ਕਿਆ ਹੋ ਰਿਹਾ ਹੈ ਲੋਕੋ ਕੀ ਕਿਆ ਕੰਡੀਸ਼ਨ ਹੋ ਗਈ ਹੈ ਸ਼ਾਇਦ ਹਮੇ ਲਗਾ ਕਿ ਸ਼ਾਇਦ ਅਬ ਫਿਰ ਹਮਾਰਾ ਲਾਈਫ ਸਟਾਈਲ ਵੀ ਵੈਸਾ ਹੀ ਹੋ ਜਾਏਗਾ ਅਬ ਯੇ ਲੋਕ ਕਹਿ ਰਹੇ ਕਿ ਇੱਕ ਬਾਰ ਦੇਖ ਲੋ 6 ਮਹੀਨੇ ਤੱਕ ਦੇਖ ਲੋ ਇਸਕੇ ਬਾਅਦ ਦੇਖ ਲੈਣਾ ਅਗਰ ਸਹੀ ਰਹੇ ਮੁਝੇ ਲਗਤਾ ਅਬ 6 ਮਹੀਨੇ ਕੀ ਕਿਆ ਜ਼ਰੂਰਤ ਹੈ ਹਮਾਰੇ ਸਾਹਮਣੇ ਯੂਪੀ ਬਿਹਾਰ ਕੀ ਕੰਡੀਸ਼ਨ ਤੋ ਹੈ ਹੀ ਪਹਿਲੇ ਸੇ ਅਬ ਵੋ ਹਮਨੇ ਦੇਖ ਹੀ ਲਿਆ ਅਬ ਹਮੇ ਕੋਈ ਟ੍ਰੇਲਰ ਦੇਖਨੇ ਕੀ ਜ਼ਰੂਰਤ ਨਹੀਂ ਹਮ ਨਹੀਂ ਚਾਹਤੇ ਕਿ ਹਮੇ ਇਤਨਾ ਸਟਰਗਲ ਕਰਨਾ ਪੜੇ ਹਮਾਰੀ ਲਾਈਫ ਜੈਸੀ ਥੀ ਹਮੇ ਵੈਸੀ ਠੀਕ ਹੈ ਔਰ ਅੱਛੀ ਤੋ ਕਿਆ ਬਣਾਨੀ ਥੀ ਯੇ ਔਰ ਵੀ ਬੁਰੀ ਬਣਾਨੇ ਪਰ ਤੁਰ ਪੜੇ ਹੈ ਲੇਕਿਨ ਹਮਾਰੀ ਲਾਈਫ ਜੈਸੀ ਹੈ ਹਮੇ ਵੈਸੀ ਹੀ ਠੀਕ ਹੈ Thank you.